नानक देव जी दे 550वें प्रकाश पूरब दी याद विच पिछले एक साल तो खोले गए करतारपुर लांघे नूं एक साल पूरा हो गया है। इसे खुशी विच पाकिस्तान विच श्री करतारपुर साहिब गुरुद्वारे विच इस दी वरेगंढ मनाई गई। पाकिस्तानी सिख गुरुद्वारा दरबार साहिब विच अरदास कीती। दसणयोग है कि इफेक्टिव ट्रस्ट प्रॉपर्टी बोर्ड दे अनुसार नारोवाल विखे इस समारोह दे लई भी एक समारोह आयोजन किया गया, जिस विच इमरान खान सरकार दे किसी भी मंत्री ने हिस्सा नहीं लिया। इस समागम विच तकरीबन 1000 सिख श्रद्धालु अते स्थानक मेहमान शामिल होए। दसणयोग है कि करतारपुर लांघे दे खुलण दे नाल श्री गुरु नानक देव जी दा दर नेड़े आ गया, पर संगत इस दे दर्शन नूं तरस रही है। ਇਹ ਕਾਰੀਡੋਰ ਪਿਛਲੀ 16 ਮਾਰਚ ਤੋਂ ਬੰਦ ਹੈ। ਹੁਣ ਪਾਕਿਸਤਾਨ ਵੱਲੋਂ ਇਸ ਨੂੰ ਖੋਲਣ ਦਾ ਐਲਾਨ ਕੀਤਾ ਗਿਆ ਹੈ, ਪਰ ਭਾਰਤ ਸਰਕਾਰ ਨੇ ਅਜੇ ਕੋਈ ਫੈਸਲਾ ਨਹੀਂ ਲਿਆ। ਅਜਿਹੀ ਸਥਿਤੀ ਵਿੱਚ 3 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਤੇ ਵੀ ਲਾਂਘਾ ਖੁੱਲਣ ਦੀ ਸੰਭਾਵਨਾ ਨਹੀਂ ਹੈ। ਦੱਸ ਦੇ ਕਿ ਪਿਛਲੇ ਸਾਲ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਭਾਰਤ ਦੀ ਤਰਫੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੀ ਤਰਫੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੀਤਾ ਸੀ। ਸਿਰਫ 4 ਮਹੀਨਿਆਂ ਵਿੱਚ ਹੀ ਇਸ ਲਾਂਘੇ ਰਾਹੀਂ ਲਗਭਗ 63,000 ਸ਼ਰਧਾਲੂਆਂ ਨੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਇਹ ਕਰੋਨਾ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ। ਹੁਣ ਪਾਕਿਸਤਾਨ ਵੱਲੋਂ ਇਹ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਕਰੋਨਾ ਤੋਂ ਸਥਿਤੀ ਵਿੱਚ ਸੁਧਾਰ ਹੋਇਆ ਹੈ। ਇਸ ਤੋਂ ਬਾਅਦ ਉਹਨਾਂ ਨੇ ਲਾਂਘਾ ਖੋਲਣ ਦਾ ਫੈਸਲਾ ਕੀਤਾ, ਪਰ ਭਾਰਤ ਨੇ ਅਜੇ ਇਸ ਤੇ ਕੋਈ ਫੈਸਲਾ ਨਹੀਂ ਲਿਆ ਹੈ।